ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਅੰਮ੍ਰਿਤਸਰ ਨੇ BSF ਅਤੇ CIA ਗੁਰਦਾਸਪੁਰ ਦੀ ਟੀਮ ਨਾਲ ਸਾਂਝੇ ਓਪਰੇਸ਼ਨ ਦੌਰਾਨ ਇੱਕ ਤਸਕਰ ਨੂੰ 0.5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਉੱਧਰ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਹਰਮੀਤ ਸਿੰਘ ਵਾਸੀ ਅਜਨਾਲਾ ਪਾਕਿਸਤਾਨ ਸਮਗਲਰਾਂ ਦੇ ਨਾਲ ਸੰਪਰਕ ਵਿੱਚ ਹਨ ਅਤੇ ਭਾਰਤ ਪਾਕਿਸਤਾਨ ਸਰਹੱਦ ਤੇ ਹੈਰੋਇਨ ਦੀ ਤਸਕਰੀ ਕਰਨ ਵਿੱਚ ਸਰਗਰਮ ਹਨ। ਉਹਨਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹਰਮੀਤ ਸਿੰਘ ਵੱਲੋਂ ਪਾਕਿਸਤਾਨ ਦੇ ਸਮਗਲਰਾਂ ਤੋਂ ਹੈਰੋਇਨ ਦੀ ਵੱਡੀ ਖੇਪ ਮੰਗਵਾਈ ਗਈ ਸੀ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਰਮੀਤ ਆਪਣੇ ਸਾਥੀਆਂ ਨਾਲ ਕਾਰ 'ਚ ਅਜਨਾਲਾ ਰਾਮਦਾਸ ਰੋਡ 'ਤੇ ਪਿੰਡ ਦਿਆਲ ਪੱਟੀ 'ਚ ਨਸ਼ਾ ਸਪਲਾਈ ਲਈ ਜਾ ਰਿਹਾ ਸੀ, ਜਿਸ 'ਤੇ BSF ਅਤੇ CIA ਸਟਾਫ ਦੀ ਟੀਮ ਵੱਲੋਂ ਜੋ ਹੈ ਗੁਰਦਾਸਪੁਰ ਨਾਲ ਸਾਂਝੇ ਤੌਰ 'ਤੇ ਅਜਨਾਲਾ ਰਾਮਦਾਸ ਰੋਡ 'ਤੇ ਨਾਕਾਬੰਦੀ ਕਰਕੇ ਜੋ ਹੈ ਹਰਮੀਤ ਸਿੰਘ ਨੂੰ ਗ੍ਰਿਫਤਾਰ ਕਰਕੇ 0.5 ਕਿਲੋ ਹੀਰੋਇਨ ਬਰਾਮਦ ਕੀਤੀ, ਪਰ ਉਸਦੇ ਦੋਨੋਂ ਸਾਥੀ ਫਰਾਰ ਹੋ ਗਏ। ਆਓ ਸੁਣਦੇ ਹਾਂ ਹੋਰ ਇਸ ਬਾਰੇ ਕੀ ਕਿਹਾ ਅਮਨਦੀਪ ਸਿੰਘ ਨੇ। ਸਾਨੂੰ ਇੱਕ ਸੀਕਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਹਰਮੀਤ ਸਿੰਘ, ਇਹਦੇ ਸਾਥੀ ਸੋਨਾ ਅਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦ ਪਾਕ ਬਾਰਡਰ ਤੋਂ ਹੀਰੋਇਨ ਦੀ ਇੱਕ ਖੇਪ ਮਿਲੀ ਆ ਅਤੇ ਮਾਨਯੋਗ ਸੀਨੀਅਰ ਅਫਸਰਾਂ ਦੀ ਨੌਲੇਜ 'ਚ ਲਿਆ ਕੇ ਅਤੇ ਰਾਮਦਾਸ ਅਜਨਾਲਾ ਰੋਡ 'ਤੇ ਨਾਕਾ ਲਾਇਆ ਗਿਆ ਅਤੇ BSF ਅਤੇ CIA ਗੁਰਦਾਸਪੁਰ ਦੀ ਟੀਮ ਨਾਲ ਸਾਂਝਾ ਓਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਇਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਜਿਸ ਵਿੱਚੋਂ ਜਿਹੜਾ ਵਾ ਉਹ 0.5 ਕਿਲੋ ਹੀਰੋਇਨ ਰਿਕਵਰ ਹੋਈ ਹੈ ਅਤੇ ਇਹਨਾਂ ਦੇ ਜਿਹੜੇ ਦੋ ਸਾਥੀ ਆ ਉਹ ਭੱਜਣ ਵਿੱਚ ਹਨੇਰੇ ਦਾ ਫਾਇਦਾ ਕਾਮਯਾਬ ਹੋ ਗਏ ਆ। ਉਹਨਾਂ ਨੂੰ ਆਪਾਂ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਕਰ ਰਹੇ ਹਾਂ ਅਤੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ। ਹਾਂ, ਇਹ ਅਜਨਾਲਾ ਰਾਮਦਾਸ ਰੋਡ ਤੋਂ ਦਿਆਲ ਪੱਟੀ ਪਿੰਡ ਆ ਉੱਥੇ। ਬਿਲਕੁਲ ਜੀ ਬਿਲਕੁਲ, ਉਮੀਦ ਹੈਗੀ ਆ। ਅੱਜ ਇਹਨਾਂ ਦਾ ਰਿਮਾਂਡ ਲੈ ਕੇ ਫਿਰ ਅੱਗੇ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ। ਇਹ ਤਿੰਨ ਸਾਥੀ ਨੇ, ਦੋ ਭਗੌੜੇ ਆ, ਇਹ ਇੱਕ ਫੜਿਆ ਗਿਆ। 0.5 ਕਿਲੋ ਹੀਰੋਇਨ, ਇੱਕ ਇਨੋਵਾ ਗੱਡੀ ਹੈ ਉਹ ਬਰਾਮਦ ਹੋਈ ਹੈ। ਇਹ ਦਿਆਲ ਪੱਟੀ ਪਿੰਡ ਤੋਂ ਅਜਨਾਲਾ ਰਾਮਦਾਸ ਰੋਡ 'ਤੇ ਉੱਥੋਂ। ਕਹੀਂ ਸੁਣਾ ਹੈ ਰਿਟੇਲ ਕੀ ਦੁਕਾਨ ਪਰ ਹੋਲਸੇਲ ਕਾ ਦਾਮ? ਜੀ ਹਾਂ, ਨਵਿਆ ਲੇਕਰ ਆਇਆ ਹੈ ਡਿਜ਼ਾਈਨਰ ਸੂਟਸ, ਕੁਰਤੀਸ ਔਰ ਫੈਬਰਿਕਸ। ਸਬਸੇ ਸਸਤਾ ਸਬਸੇ ਅੱਛਾ, ਡਿਫੈਂਸ ਰੋਡ, ਮਮੂਨ, ਪਠਾਨਕੋਟ। ਕੰਟੈਕਟ 9614196141।